ਪਰਮਿੰਦਰ ਸਿੰਘ ਜਿਨ੍ਹਾਂ ਦੀ ਜੋ ਹੈ ਇਹ ਫਸਲ ਹੈ, ਜਿਨ੍ਹਾਂ ਦੀ ਜੋ ਹੈ ਖੇਤ ਹੈ, ਉੱਥੇ ਅਸੀਂ ਸਾਰੇ ਖੜ੍ਹੇ ਹਾਂ। ਇਹ ਵੇਖਣਾ ਵੇਖਣ ਲਈ ਇਹ ਆਏ ਸੀ ਕਿ ਜਿਹੜਾ ਜੋ ਹੈ ਇਹਨਾਂ ਨੇ ਰਿਸਰਚ ਕੀਤਾ ਹੈ ਪੰਜਾਬ ਯੂਨੀਵਰਸਿਟੀ ਨੇ ਸਰਫੇਸ ਸੀਨਰ ਦਾ। ਸਰਫੇਸ ਸੀਨਰ ਇੱਕ ਇਸ ਤਰ੍ਹਾਂ ਦੀ ਟੈਕਨੋਲੋਜੀ ਹੈ ਜਿਹਦੇ ਵਿੱਚ ਜੋ ਹੈ ਸਾਰੀ ਦੀ ਸਾਰੀ ਜੋ ਹੈ ਜੋ ਅਸਟੇਬਲ ਦੀ ਹੁੰਦੀ ਹੈ, ਪੁਰਾਲੀ ਦੀ ਜੋ ਸਮੱਸਿਆ ਹੁੰਦੀ ਹੈ, ਉਸ ਪੁਰਾਲੀ ਦੀ ਸਮੱਸਿਆ ਦਾ ਇੱਕ ਤਰ੍ਹਾਂ ਦੇ ਮੈਂ ਦੱਸਦਾ ਹਾਂ ਕਿ ਸਮਾਧਾਨ ਹੈ। ਉਹ ਸਮਾਧਾਨ ਇਹ ਹੈ ਕਿ ਜੋ ਪੁਰਾਲੀ ਜਦੋਂ ਜਨਰੇਟ ਹੁੰਦਾ ਹੈ ਉਸ ਤੋਂ ਬਾਅਦ ਜੋ ਹੈ ਜਨਰਲ ਹੁੰਦੀ ਪ੍ਰੈਕਟਿਸ ਹੁੰਦੀ ਸੀ ਕਿ ਜੋ ਹੈ ਅੱਗ ਲਾ ਦਿੰਦੇ ਸੀ, ਕਾਰਨ ਪੋਲੂਸ਼ਨ ਦੀ ਸਮੱਸਿਆ ਬਹੁਤ ਸਾਰੀ ਜੋ ਹੈ ਕੁਆਟਰਸ ਤੋਂ ਸਾਨੂੰ ਜੋ ਹੈ ਸ਼ਿਕਾਇਤਾਂ ਵੀ ਆ ਰਹੀ ਸੀ, ਅਤੇ ਨਾਲ ਜੋ ਹੈ ਸਿਹਤ ਲਈ ਵੀ ਆਪਾਂ ਸਾਰੇ ਜਾਣਦੇ ਹਾਂ ਕਿ ਸਿਹਤ ਲਈ ਵੀ ਬਹੁਤ ਹੀ ਨੁਕਸਾਨਦੇਹ ਹੈ। ਆਪਣੇ ਨੈਕਸਟ ਜਨਰੇਸ਼ਨ ਦੀ ਸਿਹਤ ਲਈ ਜੋ ਜੇਕਰ ਅਸੀਂ ਆਪਾਂ ਧਿਆਨ ਰੱਖੀਏ ਉਹਦੇ ਲਈ ਵੀ ਜੋ ਹੈ ਬਿਲਕੁਲ ਜੋ ਹੈ ਇਹ ਐਡਵਾਈਜੇਬਲ ਨਹੀਂ ਹੈ। ਇਸ ਨੂੰ ਵੇਖਦੇ ਹੋਏ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਇੱਕ ਦੇ ਕੋਲ ਸਾਹਮਣੇ ਬਹੁਤ ਵੱਡਾ ਚੈਲੇਂਜ ਸੀ ਕਿ ਕੋਈ ਇਸ ਤਰ੍ਹਾਂ ਦਾ ਟੈਕਨੋਲੋਜੀ ਲਾਇਆ ਜਾਵੇ ਜਿਸ ਟੈਕਨੋਲੋਜੀ ਦੇ ਉਹਦੀ ਅਡੋਪਸ਼ਨ 'ਤੇ ਜੋ ਹੈ ਫਾਰਮਰਸ ਨੂੰ ਸਭ ਤੋਂ ਪਹਿਲਾਂ ਕੋਸਟ ਆਫ ਪ੍ਰੋਡਕਸ਼ਨ ਜੋ ਹੈ ਦੇ ਫਾਇਦਾ ਹੋਵੇ, ਨਾਲ ਜੋ ਹੈ ਸਾਡਾ ਇਨਵਾਇਰਨਮੈਂਟ ਹੈ ਜਿਸ ਤਰ੍ਹਾਂ ਕਿ ਪਾਣੀ ਦੀ ਸਮੱਸਿਆ ਹੈ, ਪਾਣੀ ਦੀ ਸਮੱਸਿਆ ਵੀ ਜੋ ਹੈ ਦੇ ਵਿੱਚ ਜੋ ਹੈ ਉਹਦਾ ਵੀ ਜੋ ਹੈ ਸਲੂਸ਼ਨ ਹੋਵੇ। ਸੋ ਇਹ ਸਰਫੇਸ ਸੀਡਰ 'ਚ ਅੱਜ ਦੇਖਣ ਆਇਆ ਹੈ ਕਿ ਜੋ ਹੈ ਸਰਫੇਸ ਸੀਡਰ ਕਿਸ ਤਰ੍ਹਾਂ ਕਿੰਨਾ ਉਹ ਜੋ ਟੈਕਨੋਲੋਜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਰਿਕਮੈਂਡ ਕੀਤੀ ਸੀ ਉਹ ਕਿਸ ਹੱਦ ਤੱਕ ਕਾਮਯਾਬ ਹੈ ਉਹ ਅਸੀਂ ਦੇਖ ਰਹੇ ਹਾਂ। ਅਸੀਂ ਸਰਦਾਰ ਪਰਮਿੰਦਰ ਸਿੰਘ ਨਾਲ ਗੱਲ ਵੀ ਕੀਤੀ ਹੈ ਅਤੇ ਸਰਦਾਰ ਪਰਮਿੰਦਰ ਸਿੰਘ ਦੱਸ ਰਹੇ ਕਿ ਜੋ ਇਹਨਾਂ ਦਾ ਜੋ ਹੈ ਐਕਸਪੀਰੀਅੰਸ ਹੈ ਸਭ ਤੋਂ ਪਹਿਲਾਂ ਤੋਂ ਇਹਨਾਂ ਨੂੰ ਬੈਨੀਫਿਟ ਇਹਨਾਂ ਨੇ ਕਿਹਾ ਕਿ ਜੋ ਹੈ ਇਹ ਕੋਸਟ ਆਫ ਪ੍ਰੋਡਕਸ਼ਨ 'ਤੇ ਕਾਫੀ ਇਹਨਾਂ ਨੂੰ ਜੋ ਹੈ ਫਾਇਦਾ ਹੋਇਆ। ਕੋਸਟ ਆਫ ਪ੍ਰੋਡਕਸ਼ਨ ਮੀਨਸ ਜੋ ਹੈ ਖਾਦ ਦੀ ਰਿਕੁਆਇਰਮੈਂਟ ਘੱਟ ਗਈ। ਦੂਜੀ ਜੋ ਹੈ ਜੋ ਵੀ ਪਰਾਲੀ ਇਹਨਾਂ ਨੇ ਜਨਰੇਟ ਹੋਇਆ ਸੀ ਪਰਾਲੀ ਜੋ ਹੈ ਸਿੱਧਾ ਜੋ ਹੈ ਵਾਪਸ ਧਰਤੀ 'ਤੇ ਚਲਾ ਗਿਆ, ਉਹਦੇ ਨਿਊਟ੍ਰੀਐਂਟਸ ਸੀ ਉਹ ਧਰਤੀ 'ਤੇ ਚਲੇ ਗਏ। ਉਸ ਤੋਂ ਬਾਅਦ ਜੋ ਹੈ ਇੱਕ ਹੋਰ ਬਹੁਤ ਵੱਡੀ ਸਮੱਸਿਆ ਸੀ ਬੀਡ ਦੀ, ਬੀਡ ਜੋ ਹੈ ਗੋਲੀ ਡੰਡੇ ਦੀ ਸਮੱਸਿਆ, ਗੋਲੀ ਡੰਡੇ ਦੀ ਸਮੱਸਿਆ ਜਿਹੜੀ ਔਰਗੈਨਿਕ ਕਣਕ ਤੁਸੀਂ ਬੀਜੀ ਬਹੁਤ ਵਧੀਆ ਬਣਾਈ ਦੇ ਪਾਤਰ ਹੋ ਅਤੇ ਕੀ ਕਹਿਣਾ ਚਾਹੁੰਦੇ ਹੋ? ਇਹ ਬਹੁਤ ਵਧੀਆ ਤਰੀਕਾ ਜੀ ਯੂਨੀਵਰਸਿਟੀ ਨੇ ਸਾਨੂੰ ਦਿੱਤਾ ਹੈ ਆਪਣਾ। ਹਾਂਜੀ ਸਰਫੇਸ ਸੀਡਰ ਨਾਲ ਬੀਜਣ ਦਾ। ਹਾਂਜੀ ਸਾਡਾ ਪਰਾਲੀ ਦਾ ਹੱਲ ਹੋ ਗਿਆ ਜੀ ਸਾਡਾ। ਹਾਂਜੀ ਪਹਿਲਾਂ ਪਰਾਲੀ ਦਾ ਬਹੁਤ ਮੁਸ਼ਕਲ ਆਉਂਦੀ ਸੀ। ਹਾਂਜੀ ਹਾਂਜੀ ਅਤੇ ਦੂਜੀ ਖਾਦ ਵੀ ਘੱਟ ਪੈਂਦੀ ਆ, ਜਿੱਥੇ ਅਸੀਂ 80-90 ਕਿਲੋ ਡਾਈ ਪਾਉਂਦੇ ਸੀ ਉੱਥੇ ਅਸੀਂ 55 ਕਿਲੋ ਡਾਈ ਪਾਇਆ ਅਤੇ ਯੂਰੀਏ ਦੇ 3 ਥੈਲੇ ਪੈਂਦੇ ਸੀ ਉੱਥੇ ਯੂਰੀਆ ਵੀ ਸਾਡਾ 1 ਥੈਲਾ ਘੱਟ ਪਿਆ। ਤੂੜੀ ਪੱਖੋਂ ਵਜੇ ਤੂੜੀ ਵੀ ਵੱਧ ਨਿਕਲਦੀ ਆ, ਝਾੜ ਵੀ ਵੱਧ ਹੈ ਜੀ 2 ਕੁਇੰਟਲ ਦੂਜੀ ਨਾਲੋਂ, ਪਾਣੀ ਵੀ ਘੱਟ ਲੱਗਦਾ, ਸਾਰੇ ਖਰਚਾ ਘੱਟ ਹੈ ਜੀ। ਕਿਸਾਨ ਭਰਾਵਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਇਹੀ ਸਲਾਹ ਦਿੰਦਾ ਜੀ ਸਰਫੇਸ ਸੀਡਰ ਨਾਲ ਕਣਕ ਬੀਜੋ, 300-350 'ਚ ਕੁੱਲ ਖਰਚਾ ਸਾਡਾ ਜੀ। ਜੇ ਅਸੀਂ ਵਾਹੀ ਕਰਕੇ ਬੀਜਦੇ ਹਾਂ ਸਾਡਾ 3,000-3,500 ਖਰਚਾ ਆਉਂਦਾ ਜੀ। ਬਾਕੀ ਇਹਦੇ 'ਚ ਕਣਕ ਕੋਈ ਲੇਟ ਨਹੀਂ ਹੁੰਦੀ ਬੀਜਣ ਨੂੰ, ਜੀਰੀ ਵੱਢੀ ਚਾਹੇ ਦੂਜੇ ਦਿਨ ਬੀਜ ਲਓ। ਜੇ ਅਸੀਂ ਖੇਤ ਨੂੰ ਪਾਣੀ ਲਾ ਕੇ ਰੌਣੀ ਲਾ ਕੇ ਬੀਜ ਕਰਦੇ ਸੀ ਉਹਦੇ ਨਾਲ ਸਾਡੀ ਕਣਕ ਵੀ ਲੇਟ ਹੁੰਦੀ ਸੀਗੀ। ਬਾਕੀ ਹੋਰ ਜੀ ਕਣਕ ਡਿੱਗਦੀ ਨਹੀਂ ਗੀ, ਹੋਣਾ ਤੁਹਾਡੇ ਸਾਹਮਣੇ ਖੜੀ ਦੇਖ ਲਓ ਕਿੰਨੀ ਹਨੇਰੀ ਆ ਲਈ, ਬਿਲਕੁਲ ਕਣਕ ਸਹੀ ਖੜੀ। ਚੱਕਰ ਮੈਂ 800 ਚੱਕਰਾਂ 'ਤੇ ਚਲਾਇਆ ਸੀਗਾ ਟਰੈਕਟਰ ਜੀ, ਅਤੇ 800-900 ਤੱਕ ਚਲਾ ਲੈਣ ਕੋਈ ਉਹ ਨਹੀਂ। ਜਿਹੜੇ ਬਹੁਤਾ ਤੇਜ਼ ਚਲਾਉਂਦੇ ਨੇ ਵੀਰ ਮੈਂ ਉਹਨਾਂ ਨੂੰ ਇਹੀ ਕਹਿਣਾ ਵੀ ਤੁਸੀਂ 800-900 ਚੱਕਰਾਂ ਤੱਕ ਚਲਾਓ। ਸਰ ਜੀ ਵੀ ਆਏ ਨੇ ਯੂਨੀਵਰਸਿਟੀ ਸਾਰੀ ਟੀਮ ਵਾਸਤੇ ਵੀ ਕਿ ਸਵਾਲ ਦੀ ਟੀਮ ਵਾਸਤੇ ਨਾ ਹੌਸਲਾ ਤੁਹਾਨੂੰ ਬਹੁਤ ਹੌਸਲਾ ਜੀ ਸਾਡੇ ਜਿਹੜੇ ਜ਼ਿਮੀਦਾਰ ਬੈਠ ਕੇ ਕਹਿੰਦੇ ਸੀ ਜੱਟਾਂ ਦੇ ਕਿ ਜ਼ਰੂਰੀ